ਸ਼੍ਰੀਕਾਲ ਜੀ, ਮੈਂ ਅਜਮੇਰ ਸਿੰਘ ਦੀਬਾ। ਅੱਜ ਅਸੀਂ ਪਹੁੰਚੇ ਹਾਂ ਲੁਧਿਆਣੇ ਜ਼ਿਲ੍ਹੇ ਦਾ ਜਰਗ ਪਿੰਡ, ਕਿ ਅੱਗੇ ਨੂੰ ਇਕੱਠ ਹੋਣ ਦੀ ਵੀ ਜ਼ਿਆਦਾ ਸੰਭਾਵਨਾ ਹੈ। ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਸ਼ਰਧਾ ਨਾਲ ਭਾਵਨਾ ਨਾਲ ਪਹੁੰਚੇ ਜਰਗ ਦੇ ਮੇਲੇ 'ਤੇ। ਸਤਿ ਸ਼੍ਰੀ ਅਕਾਲ ਜੀ, ਮੈਂ ਅਜਮੇਰ ਸਿੰਘ ਦੀਬਾ। ਅੱਜ ਅਸੀਂ ਪਹੁੰਚੇ ਹਾਂ ਲੁਧਿਆਣੇ ਜ਼ਿਲ੍ਹੇ ਦਾ ਜਰਗ ਪਿੰਡ। ਜਰਗ ਪਿੰਡ ਦੀ ਗੱਲ ਕਰੀਏ ਤਾਂ ਇੱਥੇ ਦਾ ਜਰਗ ਦਾ ਮੇਲਾ ਬੜਾ ਹੀ ਮਸ਼ਹੂਰ ਹੈ। ਬੜੀ ਦੂਰ ਦੂਰ ਤੋਂ ਲੋਕ ਆਉਂਦੇ ਨੇ, ਸਾਡੇ ਕੋਲ ਖੜੇ ਨੇ, ਇੱਧਰ ਸੇਵਾਦਾਰ ਖੜੇ ਨੇ ਜਰਗ ਤੋਂ, ਜਗਵਿੰਦਰ ਸਿੰਘ ਜੀ ਯਾਦ। ਇਹਨਾਂ ਨੂੰ ਪੁੱਛਾਂਗੇ ਜਰਗ ਥੋੜ੍ਹੇ ਮੇਲੇ ਬਾਰੇ। ਅਤੇ ਭਾਈ ਜੀ, ਜਰਗ ਦੇ ਮੇਲੇ ਬਾਰੇ ਕੀ ਕਹਿਣਾ ਚਾਹੋਗੇ, ਕਿੱਦਾਂ ਤਿਆਰੇ ਨੇ ਜਰਗ? ਸਭ ਤੋਂ ਪਹਿਲਾਂ ਤਾਂ ਅਜਮੇਰ ਸਿੰਘ ਜੀ, ਦੀਵਾ ਜੀ, ਤੁਹਾਡਾ ਹਾਰਦਿਕ ਸਵਾਗਤ ਹੈ। ਜਿਹੜਾ ਕਿ ਤੁਸੀਂ ਹਰ ਸਾਲ ਤਨ ਮਨ ਦੇ ਨਾਲ ਇਹ ਜਿਹੜੀ ਕਿ ਸੇਵਾ ਨਿਭਾ ਰਹੇ ਹੋ, ਦੇਸ਼ ਵਿਦੇਸ਼ 'ਤੇ ਜਰਗ ਦਾ ਮੇਲਾ ਤੁਸੀਂ ਆਪਣੇ ਕੈਮਰੇ ਰਾਹੀਂ, ਆਪਣੇ ਚੈਨਲ ਰਾਹੀਂ ਪਹੁੰਚਾ ਰਹੇ ਹੋ। ਸੋ ਮੈਂ ਪਿੰਡ ਵਾਸੀਆਂ ਵੱਲੋਂ ਤੁਹਾਡਾ ਹਾਰਦਿਕ ਧੰਨਵਾਦ ਕਰਦਾ ਅਤੇ ਨਾਲ ਹੀ ਜੀ ਆਇਆਂ ਨੂੰ ਆਖਦਾ। ਜਿਹੜਾ ਇਤਿਹਾਸਕ ਨਗਰ ਜਰਗ ਦਾ ਮੇਲਾ, ਇਹ ਸਦੀਆਂ ਤੋਂ ਹੀ ਇਸੇ ਤਰ੍ਹਾਂ ਭਰ ਰਿਹਾ। ਜਿਹੜੇ ਪ੍ਰਬੰਧ ਨੇ ਉਹ ਇਸ ਵਾਰ ਬੜੇ ਹੀ ਸੁਚੱਜੇ ਢੰਗ ਨਾਲ ਕੀਤੇ ਜਾਣਗੇ, ਕਿਉਂਕਿ ਅਜੇ ਮੇਲੇ ਵਿੱਚ 3-4 ਦਿਨ ਬਾਕੀ ਨੇ ਅਤੇ ਐਤਕੀ ਸੁਰੱਖਿਆ ਪੰਧ ਵੀ ਅਗਾਂਹ ਨਾਲੋਂ ਪੈੜੇ ਕੀਤੇ ਗਏ। ਇਹ ਸਨ ਜਗਿੰਦਰ ਸਿੰਘ ਜੀ ਯਾਦ ਜਰਗ ਤੋਂ, ਜਿਨ੍ਹਾਂ ਨੇ ਮੇਲੇ ਬਾਰੇ ਵੀ ਜਾਣਕਾਰੀ ਦਿੱਤੀ ਆ। ਅਤੇ ਇਸ ਜਰਗ ਤੋਂ ਹੀ ਸ਼ਾਹਨਵਾਜ ਬਿੱਲੀ ਜੀ ਵੀ ਨੇ, ਉਹਨਾਂ ਤੋਂ ਵੀ ਇਸ ਮੇਲੇ ਦੀ ਜਾਣਕਾਰੀ ਲਵਾਂਗੇ, ਕਿਹੜੇ ਕਿਹੜੇ ਤਰੀਕੇ ਦੇ ਜਰਗ ਦੇ ਮੇਲੇ ਆ ਰਹੇ, ਕਿੱਧਰ ਪ੍ਰਬੰਧ ਨੇ। ਅਤੇ ਬਿੱਲੀ ਭਾਅ ਜੀ, ਕੀ ਕਹਿਣਾ ਚਾਹੁੰਗੇ ਜਰਗ ਦੇ ਮੇਲੇ ਦੇ? ਸਮੂਹ ਸੰਗਤਾਂ ਨੂੰ ਜਰਗ ਦੇ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਜੀ। ਮੈਂ ਬਾਬਾ ਫਰੀਦ ਜੀ ਦੇ ਦਰਬਾਰ ਦੇ ਸੇਵਾਦਾਰ ਹਾਂ ਜੀ, ਅਤੇ ਸਮੂਹ ਸੰਗਤਾਂ ਨੂੰ ਜਰਗ ਦੇ ਮੇਲੇ ਦੀਆਂ, ਜੋ ਕਿ 14 ਮਾਰਚ ਨੂੰ ਜਿਹਨੂੰ ਵੱਡਾ ਮੇਲਾ ਵੀ ਆਖਦੇ ਹਾਂ, ਅਤੇ 21 ਮਾਰਚ ਨੂੰ ਜਿਹਨੂੰ ਛੋਟਾ ਮੇਲਾ ਕਹਿੰਦੇ ਹਾਂ, ਅਤੇ ਤੀਜਾ ਮੇਲਾ ਜੋ 28 ਮਾਰਚ ਦਾ। ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਸ਼ਰਧਾ ਨਾਲ ਭਾਵਨਾ ਨਾਲ ਪਹੁੰਚੇ ਜਰਗ ਦੇ ਮੇਲੇ 'ਤੇ, ਅਤੇ ਸਾਡੇ ਦਰਬਾਰ ਦੇ ਸੇਵਾਦਾਰਾਂ ਵੱਲੋਂ, ਬਾਬਾ ਫਰੀਦ ਜੀ ਦੇ ਸੇਵਾਦਾਰਾਂ ਵੱਲੋਂ, ਮਹਾਮਾਈ ਦੇ ਸੇਵਾਦਾਰਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ। ਅਤੇ ਮੈਂ ਇੱਥੋਂ, ਜਿਵੇਂ ਤੁਸੀਂ ਕਿਹਾ ਵੀ ਪ੍ਰਬੰਧ ਕਿਵੇਂ ਕੀਤੇ ਨੇ, ਇੱਥੋਂ ਇੱਕ ਬੇਨਤੀ ਵੀ ਕਰਦੇ ਹਾਂ। ਇੱਥੋਂ ਦੇ ਜੋ ਸਤਿਕਾਰਯੋਗ MLA ਸਾਹਿਬ ਨੇ, ਗੈਸਪੁਰਾ ਸਾਹਿਬ ਮਨਜਿੰਦਰ ਸਿੰਘ ਗੈਸਪੁਰਾ ਜੀ, ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਇਸ ਸਾਲ ਇੱਕ ਤਾਂ ਉਰੇ ਡਾਕਟਰਾਂ ਦੀ ਟੀਮ ਭੇਜੀ ਜਾਵੇ ਜੀ, ਡਾਕਟਰਾਂ ਦੀ ਟੀਮ ਦੀ ਉਰੇ ਬਹੁਤ ਕਮੀ ਹੁੰਦੀ ਆ, ਠੀਕ ਆ ਜੀ। ਇੱਕ ਉਰੇ ਫਿਰ ਗੇਟ, ਜਿਹੜੀ ਅੱਗ ਬੁਝਾਉਣ ਵਾਲੀ ਗੱਡੀ ਆ, ਉਹ ਜ਼ਰੂਰ ਹੋਣੀ ਚਾਹੀਦੀ ਹੈ। ਇਹ ਜ਼ਰੂਰ ਬੇਨਤੀ ਆ ਸਾਡੇ ਮਨਵਿੰਦਰ ਸਿੰਘ ਜੀ ਗੈਸਪੁਰਾ ਸਾਹਿਬ MLA ਸਾਹਿਬ ਨੂੰ ਬੇਨਤੀ ਆ ਵੀ ਇਹ ਚੀਜ਼ਾਂ 'ਤੇ ਜ਼ਰੂਰ ਗੌਰ ਕਰਿਓ, ਅਤੇ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਪਹਿਲਾਂ ਵੀ ਪਿਛਲੇ ਸਾਲਾਂ 'ਚ ਵੀ ਉਹ ਬਹੁਤ ਵਧੀਆ ਤਰੀਕੇ ਨਾਲ ਡਿਊਟੀ ਨਿਭਾਉਂਦੇ ਨੇ, ਇਸ ਸਾਲ ਵੀ ਅਸੀਂ ਆਸ ਕਰਦੇ ਹਾਂ ਵਧੀਆ ਤਰੀਕੇ ਨਾਲ ਡਿਊਟੀ ਨਿਭਾਉਣਗੇ। ਸਾਰੀਆਂ ਸੰਗਤਾਂ ਨੂੰ ਜਰਗ ਦੇ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ। ਇਹ ਸਨ ਸ਼ਾਹਨਵਾਜ ਬਿੱਲੀ ਜੀ, ਜਿਨ੍ਹਾਂ ਨੇ ਮੇਲੇ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਕਿੱਦਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ। ਪਰ ਜਿਵੇਂ ਮੇਲੇ ਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ, ਪੂਰੇ ਜ਼ੋਰਾਂ ਸ਼ੋਰਾਂ ਤਿਆਰੇ ਚੱਲ ਰਹੇ ਮੇਲੇ ਦੀਆਂ, ਤੁਹਾਨੂੰ ਉਹ ਵੀਡੀਓ ਦਿਖਾਵਾਂਗੇ, ਤੁਸੀਂ ਜੁੜੋ ਇਸ ਵੀਡੀਓ ਨਾਲ। ਆਹ ਲੈ ਚੱਲ, ਤੁਹਾਨੂੰ ਮੰਦਰ ਦਰਸ਼ਨ ਕਰੋ ਲਿਆ।
ਲੈ ਜੀ ਇਹ ਸੀ ਜਰਗ ਦੇ ਮੇਲੇ ਦੀਆਂ ਤੇ ਜਿੱਥੇ ਤਿਆਰੀਆਂ ਹੋ ਰਹੀਆਂ ਨੇ ਅਸੀਂ ਤਸਵੀਰਾਂ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਤੇ ਮੰਦਰਾਂ ਦੇ ਦਰਸ਼ਨ ਵੀ ਕਰਾਏ ਨੇ ਤੇ ਜਿਹੜੇ ਉੱਥੇ ਸੇਵਾਦਾਰ ਨੇ ਮੰਦਰ ਤੇ ਉਹਨਾਂ ਨੇ ਵੀ ਸਾਨੂੰ ਤੁਹਾਨੂੰ ਰੂਬਰੂ ਕਰਵਾਇਆ ਉਹਨਾਂ ਨੇ ਆਪਣੀ ਜਾਣਕਾਰੀ ਦਿੱਤੀ ਇਸ ਮੰਦਰ ਦੀ ਜਾਣਕਾਰੀ ਦਿੱਤੀ ਹੈ ਅਤੇ ਮੇਲੇ ਦੀ ਜਾਣਕਾਰੀ ਦਿੱਤੀ ਆ ਅਤੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਅਤੇ ਲਾਈਕ ਕਰਿਓ ਅਤੇ ਜਲਦ ਮਿਲਦਾ ਕਿਸੇ ਹੋਰ ਨਵੇਂ ਕਿਸੇ ਵੀਡੀਓ ਨਾਲ ਵੀਡੀਓ ਦੇਖਣੀ ਤੁਹਾਡਾ ਬਹੁਤ ਬਹੁਤ ਧੰਨਵਾਦ।